are watching Channel Y. Channel Y, a South Asian Canadian channel. ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਮੁੜ ਬਹਾਲੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਚਾਲ ਦੱਸਿਆ ਤੇ ਬਾਦਲ ਨੇ ਪਾਕਿਸਤਾਨ ਦੇ ਵਿੱਚ ਇਤਿਹਾਸਿਕ ਇਮਾਰਤ ਢਾਉਣ ਨੂੰ ਵੀ ਮੰਦਭਾਗੀ ਘਟਨਾ ਦੱਸਿਆ। ਉਹਨਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਅਪੀਲ ਕਰਨਗੇ। ਦਰਅਸਲ ਬਾਦਲ ਅੱਜ ਹਲਕਾ ਲੰਬੀ ਦੇ ਵੱਖ ਵੱਖ ਪਿੰਡਾਂ ਵਿੱਚ ਧੰਨਵਾਦੀ ਦੌਰਾ ਕਰਨ ਪੁੱਜੇ ਸਨ। ਇਸ ਦੌਰਾਨ ਉਹਨਾਂ ਨੇ ਇਹ ਬਿਆਨ ਦਿੱਤੇ ਨੇ। ਮੈਂ ਮੋਦੀ ਸਾਹਿਬ ਨੂੰ ਹੀ ਬੇਨਤੀ ਕਰਦਾ ਹਾਂ ਕਿ ਇੱਕ ਨੈਸ਼ਨਲ ਲੈਵਲ 'ਤੇ ਹੀ ਗੱਲ ਹੋ ਸਕਦੀ, ਆਪਾਂ ਸਟੇਟ ਲੈਵਲ 'ਤੇ ਤਾਂ ਕੁਛ ਕਰ ਨਹੀਂ ਸਕਦੇ। ਇਸ ਵੱਲ ਧਿਆਨ ਦੇਣ ਔਰ ਹੁਣ ਜਾਵਾਂਗੇ ਉੱਥੇ ਉੱਥੇ ਉਹਨਾਂ ਨੂੰ ਜ਼ਬਾਨੀ ਵੀ ਕਹਾਂਗੇ। ਬਹੁਤ ਬਹੁਤ ਵੱਡੀ ਜਿਹੜੀ ਹੈ ਗਲਤੀ ਹੋਈ ਹੈ ਔਰ ਉਹਨਾਂ ਨੂੰ ਚਾਹੀਦਾ ਕਿ ਜਿਹਨਾਂ ਨੇ ਕੀਤਾ ਉਹਨਾਂ ਨੂੰ ਸਜ਼ਾ। ਭਾਈ ਦੇਖੋ, ਅਸੀਂ ਤਾਂ ਬਿਜਲੀ ਸਰਪਲਸ ਕਰਤੀ ਸੀ, ਕਮੀ ਨਹੀਂ ਕੋਈ ਛੱਡੀ। ਸਮਾਂ ਬਿਜਲੀ ਬਣਨ ਵਾਲੇ ਜਿਹੜੇ ਥਰਮਲ ਪਲਾਂਟ ਸਨ ਉਹਨਾਂ ਨੂੰ ਆਖਦੇ ਸਨ ਵੀ ਭਾਵੇਂ ਪੈਸੇ ਲੈ ਲਓ ਬਿਜਲੀ ਚਲਾਓ ਨਾ, ਇੰਨੀ ਸਰਪਲਸ ਗਈ। ਹੁਣ ਇਹਨਾਂ ਤੋਂ ਸੰਭਾਲਿਆ ਨਹੀਂ, ਕਹਿੰਦਾ ਕੋਈ ਜ਼ਿੰਮੇਵਾਰ ਬੰਦਾ ਹੀ ਹੈ ਨਹੀਂ ਜਿਹੜਾ ਕੰਮ ਸੰਭਾਲ। ਕੋਈ ਗੱਲ ਨਹੀਂ, ਆਪਾਂ ਨੂੰ ਕੀ ਹੈ ਜੀ। ਦੇਖੋ, ਇਹਨਾਂ ਦਾ ਜਿਹੜਾ ਮਤਲਬ ਹੈ ਉਹ ਸਿਰਫ ਤੇ ਸਿਰਫ ਸਾਡੇ ਖਿਲਾਫ ਕੁਛ ਕਹਾਉਣਾ, ਤੇ ਸਾਨੂੰ ਉਹਦਾ ਕੋਈ ਡਰ ਨਹੀਂ। ਕੁਛ ਕੁਆਰਨ ਕੁਛ ਕਰਦੇ ਨਾ, ਅਸੀਂ ਜੇਲ੍ਹ ਤੋਂ ਡਰਦੇ ਹਾਂ ਨਾ ਕਿਸੇ ਵੱਡੇ ਹੋਰ ਕਿਸੇ ਗੱਲ ਤੋਂ ਡਰਦੇ ਹਾਂ। ਇਹਨਾਂ ਦੀ ਬਦਲਾਖੋਰੀ ਜਿਹੜੀ ਹੈ ਇਹ ਪਹਿਲਾਂ ਵੀ ਅਮਰਿੰਦਰ ਕਰਦੇ ਰਹੇ, ਹੁਣ ਵੀ ਇਹ ਸਾਰਾ ਕੁਝ ਜਿਹੜਾ ਕੀਤਾ ਇਹਦਾ ਮਤਲਬ ਹੈ ਵੀ ਸਾਨੂੰ ਕੋਈ ਅੰਦਰ ਦੇਣਾ ਦੇ ਲੈ, ਸਾਨੂੰ ਕੀ ਫਰਕ ਪੈਂਦਾ। ਉਹ ਤਾਂ ਹੈ ਹੀ ਨਹੀਂ, ਬਹੁਤ ਮਾੜੀ ਹੱਥ। ਮੈਂ ਟੈਲੀਫੋਨ ਵੀ ਉਹਨਾਂ ਦੀ ਘਰੇ ਕੀਤਾ ਹੈ, ਇੱਕ 4 ਸਾਲ ਦੀ ਬੱਚੀ ਨਾਲ ਮਤਭੇਲੀ ਹੋਈ ਹੈ, ਮਲੇਰਕੋਟਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਇਹ ਰੋਜ਼ ਹੀ ਇੱਕ ਅੱਧਾ ਹੋ ਜਾਂਦਾ ਕਿਉਂਕਿ ਸਰਕਾਰ ਨਾਂ ਦੀ ਕੋਈ ਚੀਜ਼। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।